ਹੈਲੋ ਫਰੈਂਡਸ ਪੋ ਸਵਾਗਤ ਹੈ ਤੁਹਾਡਾ ਅੱਜ ਇਸ ਵੀਡੀਓ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਚਾਹ ਮਸਾਲਾ ਹਾਂਜੀ ਤੇ ਨਾਲ-ਨਾਲ ਬਣਾਵਾਂਗੇ ਮਸਾਲੇਦਾਰ ਚਾਹ ਵੀ ਉਹ ਵੀ ਰੈਸਪੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਤੇ ਇਸ ਤਰ੍ਹਾਂ ਦੀ ਚਾਹ ਤੇ ਚਾਹ ਦਾ ਮਸਾਲਾ ਬਣਾਵਾਂਗੇ ਕਿ ਆਂਡ-ਗਵਾਂਡ ਦੇ ਵੀ ਜਿਹੜਾ ਹੈਗਾ ਇਸ ਦੀ 스멜 ਦੇਖ ਕੇ ਤੁਹਾਡੇ ਘਰੇ ਚਾਹ ਪੀਣ ਆ ਜਾਣਗੇ ਹੋਟਲਾਂ ਤੇ ਰੈਸਟੋਰੈਂਟਸ ਵਾਲੇ ਕਿਸ ਮੈਜ਼ਰਮੈਂਟ ਦੇ ਹਿਸਾਬ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਚਾਹ ਦਾ ਮਸਾਲਾ ਬਣਾਉਂਦੇ ਆ ਕਿ ਅਸੀਂ ਇੰਨੇ ਪੈਸੇ ਖਰਚ ਕੇ ਹੋਟਲਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਚਾਹ ਪੀਣ ਚਲੇ ਆਣੇ ਆ ਤੇ ਉਸੇ ਤਰ੍ਹਾਂ ਦੇ ਆਪਾਂ ਮਸਾਲਾ ਜਿਹੜਾ ਹੈਗਾ ਬਣਾ ਕੇ ਘਰ ਵਿੱਚ ਤਿਆਰ ਕਰਾਂਗੇ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਤੇ ਖੁਸ਼ਬੂ ਤੇ ਟੇਸਟ ਬਹੁਤ ਹੀ ਲਾਜਵਾਬ ਤੇ ਨਾਲ ਨਾਲ ਇਮਿਊਨਿਟੀ ਬੂਸਟਰ ਵੀ ਹੈਗਾ ਇਹ ਚਾਹ ਦਾ ਮਸਾਲਾ ਤੇ ਬਹੁਤ ਸਿੰਪਲ ਰੈਸਪੀ ਹੈਗੀ ਆ ਸਰਦੀਆਂ ਦੇ ਮੌਸਮ ਵਿੱਚ ਇਸ ਤਰ੍ਹਾਂ ਦਾ ਚਾਹ ਦਾ ਮਸਾਲਾ ਤੁਸੀਂ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ 15 ਤੋਂ 20 ਦਿਨ ਦੇ ਲਈ ਤੇ ਬਹੁਤ ਹੀ ਟੇਸਟੀ ਚਾਹ ਬਣਦੀ ਆ ਤੇ ਜਿਹੜੇ ਚਾਹ ਪੀਂਦੇ ਸ਼ਕੀਨ ਹੈਗੇ ਆ ਤੇ ਉਹ ਇਸ ਤਰ੍ਹਾਂ ਦਾ ਚਾਹ ਦਾ ਮਸਾਲਾ ਘਰ ਵਿੱਚ ਬਣਾ ਕੇ ਜਰੂਰ ਰੱਖਣਾ ਤੇ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਹਾਂਜੀ ਅੱਜ ਦੇ ਜਿਹੜੀ ਹੈਗੀ ਆ ਚੀਜ਼ਾਂ ਹੈਗੀਆਂ ਇਹ ਹੈਗੀਆਂ ਚਾਹ ਦੇ ਮਸਾਲੇ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਲਾਈਚੀ ਜਿਹੜੀ ਹੈਗੀ ਛੋਟੀ ਲਾਈਚੀ ਉਹ ਲਾਵਾਂਗੇ 200 ਗ੍ਰਾਮ ਤੇ 200 ਗ੍ਰਾਮ ਵੱਡੀ ਲਾਈਚੀ ਤੇ 300 ਗ੍ਰਾਮ ਜਿਹੜੀ ਹੈਗੀ ਆ ਉਹ ਲਾਵਾਂਗੇ ਆਪਾਂ ਦਾਲ ਚੀਨੀ ਤੇ 2 ਚਮਚ ਛੋਟੇ ਚਮਚ ਕਾਲੀ ਮਿਰਚ ਪਾਊਡਰ ਅਗਰ ਸਾਬਤ ਹੈਗੀ ਤੁਹਾਡੇ ਕੋਲ ਤਾਂ ਤੁਸੀਂ ਸਾਬਤ ਵੀ ਜਿਹੜੀ ਹੈਗੀ ਆ 2 ਚਮਚ ਵਿੱਚ ਯੂਜ਼ ਕਰ ਸਕਦੇ ਹੋ ਮੇਰੇ ਕੋਲ ਪੀਸੀਆਂ ਸੀ ਤਾਂ ਮੈਂ ਉਹੀ ਲੈ ਲਈਆਂ ਤੇ 200 ਗ੍ਰਾਮ ਹੀ ਆਪਾਂ ਲੌਂਗ ਲੈਣੇ ਆ ਤੇ ਇਹ 300 ਗ੍ਰਾਮ ਆਪਣਾ ਜਿਹੜਾ ਹੈਗਾ ਸੁੱਕਾ ਆਦਰਕ ਦਾ ਪਾਊਡਰ ਹਾਂਜੀ ਜਿੰਜਰ ਪਾਊਡਰ ਜਿਹਨੂੰ ਸੌਂਡ ਵੀ ਕਹਿ ਦਿੰਦੇ ਆ ਸੌਂਡ ਪਾਊਡਰ ਔਰ ਹਿੰਦੀ ਵਿੱਚ ਸੌਂਠ ਪਾਊਡਰ ਵੀ ਕਹਿ ਦਿੰਦੇ ਆ ਤੇ ਉਹ ਯੂਜ਼ ਕਰਾਂਗੇ ਜਿਹੜੇ ਹੈਗੇ ਆ ਲੌਂਗ ਇਲਾਇਚੀ ਵੱਡੀ ਇਲਾਇਚੀ ਦਾਲਚੀਨੀ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਡਰਾਈ ਰੋਸਟ ਕਰਾਂਗੇ ਤੇ ਇੱਕ ਸੌਂਫ ਤੇ ਨਾਲ ਅਜਵਾਇਨ ਵੀ ਯੂਜ਼ ਕਰਨੀ ਆ ਤੇ ਹਾਂਜੀ ਸੌਂਫ ਆਪਾਂ 4 ਚਮਚ ਲੈਣੇ ਆ ਤੇ ਅਜਵਾਇਨ 2 ਚਮਚ ਲੈ ਲੈਣੇ ਆ ਅਗਰ ਤੁਸੀਂ ਸੌਂਫ ਦਾ ਟੇਸਟ ਜ਼ਿਆਦਾ ਪਸੰਦ ਕਰਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ ਤੇ ਅਜਵਾਇਨ ਵੀ ਵਧ ਘਟ ਕਰ ਸਕਦੇ ਹੋ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਪੈਨ ਜਿਹੜਾ ਹੈਗਾ ਪੈਨ ਨੂੰ ਸਲੋ ਜਿਹੜੀ ਹੈਗੀ ਹੈ ਪੈਨ ਦੇ ਨੀਚੇ ਅੱਗ ਜਿਹੜੀ ਹੈਗੀ ਆ ਚਲਾ ਦਿੱਤੀ ਐ ਤੇ ਇਲਾਈਚੀਆਂ ਲੌਂਗ ਵੱਡੀ ਇਲਾਈਚੀ ਵੱਡੀ ਇਲਾਈਚੀ ਤੁਸੀਂ ਦਾਣੇ ਵੀ ਕੱਢ ਕੇ ਪਾ ਸਕਦੇ ਹੋ ਪਰ ਇਸ ਤਰ੍ਹਾਂ ਜਿਹੜਾ ਹੈਗਾ ਬਹੁਤ ਹੀ ਸੋਹਣਾ ਟੇਸਟ ਆਉਂਦਾ ਆਪਾਂ ਉਸੇ ਤਰ੍ਹਾਂ ਹੀ ਪਾ ਲਾਂਗੇ ਦਾਲਚੀਨੀ ਪਾ ਲਾਂਗੇ ਤੇ ਜਿੰਜਰ ਪਾਊਡਰ ਤੇ ਕਾਲੀ ਮਿਰਚ ਨੂੰ ਉਸੇ ਦੀ ਤਰ੍ਹਾਂ ਰੱਖ ਲਾਂਗੇ ਜੇਕਰ ਸਾਬਤ ਕਾਲੀ ਮਿਰਚ ਤਾਂ ਆਪਾਂ ਉਹ ਵੀ ਡਰਾਈ ਰੋਸਟ ਕਰਨ ਦੇ ਲਈ ਇਹਦੇ ਵਿੱਚ ਪਾ ਦੇਣੀ ਆ ਤੇ ਹਾਂਜੀ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਘਰ ਵਿੱਚ ਹੁੰਦੀਆਂ ਪਰ ਆਪਾਂ ਮੌਕੇ ਤੇ ਜਦੋਂ ਆਪਾਂ ਚਾਹ ਬਣਾਉਣੀ ਹੁੰਦੀ ਹੈ ਉਹਦੋਂ ਆਪਾਂ ਇਸ ਨੂੰ ਥੋੜਾ ਜਿਹਾ ਕੁੱਟ ਕੇ ਵਿੱਚ ਸੜ ਦਿੰਨੇ ਆ ਪਰ ਉਸ ਤਰ੍ਹਾਂ ਜਿਹੜਾ ਹੈਗਾ ਦਾ ਟੇਸਟ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਾ ਵਧੀਆ ਨਹੀਂ ਆਉਂਦਾ ਇੰਨਾ ਤੇ ਇਸ ਤਰ੍ਹਾਂ ਆਪਾਂ ਜੇਕਰ ਚਾਹ ਦਾ ਮਸਾਲਾ ਬਣਾ ਕੇ ਰੱਖ ਲਾਂਗੇ ਇੱਕ ਤਾਂ ਆਪਾਂ ਨੂੰ ਸੌਖਾ ਹੋ ਜਾਏਗਾ ਇੱਕ ਚਮਚ ਅੱਧਾ ਚਮਚ ਪਾਓ ਚਾਹ ਦੇ ਵਿੱਚ ਹਨਾ ਤੇ ਕੰਮ ਜਿਹੜਾ ਹੈਗਾ ਜਲਦੀ ਹੋ ਜਾਂਦਾ ਤੇ ਇੱਕ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਆਪਾਂ ਡਰਾਈ ਰੋਸਟ ਕਰਨਾ ਇਹਦੇ ਨਾਲ ਜਿਹੜੇ ਸਾਰੀਆਂ ਚੀਜ਼ਾਂ ਦੇ ਆਇਲ ਜਿਹੜੇ ਹੁੰਦੇ ਆ ਐਕਟੀਵੇਟ ਹੋ ਜਾਂਦੇ ਆ ਤੇ ਉਹਦਾ 스멜 ਜਿਹੜੀ ਹੁੰਦੀ ਆ ਉਹ ਦੁੱਗਣੀ ਹੋ ਜਾਂਦੀ ਆ ਟੇਸਟਾ ਦੁੱਗਣਾ ਆਉਣੇ ਹੁੰਦਾ 스멜 ਵੀ ਜਿਹੜੀ ਹੈਗੀ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਆ ਤੇ ਅੱਕੇ ਦੀ ਨਮੀ ਜਿਹੜੀ ਹੈਗੀ ਉਹ ਹੋ ਜਾਂਦੀ ਦੂਰ ਤੇ ਇਸ ਤਰ੍ਹਾਂ ਆਪਣੇ ਜਿਹੜੇ ਹੈਗੇ ਆ 2 ਤੋਂ 3 ਮਿੰਟ ਦੇ ਲਈ ਆਪਾਂ ਡਰਾਈ ਰੋਸਟ ਕੀਤੇ ਆਪਣੀਆਂ ਸਾਰੀਆਂ ਚੀਜ਼ਾਂ ਤੇ ਇਸ ਤਰ੍ਹਾਂ ਠੰਡਾ ਹੁੰਦੇ ਲਈ ਰੱਖ ਦੇਣਾ ਪਹਿਲਾਂ ਤੇ ਠੰਡਾ ਹੋਣ ਥੋੜਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲਾਵਾਂਗੇ ਚੰਗੀ ਤਰ੍ਹਾਂ ਮਿਕਸਿੰਗ ਜਾਰ ਦੇ ਵਿੱਚ ਗ੍ਰाइंड ਕਰ ਲਾਂਗੇ ਤੇ ਫਟਾਫਟ ਗ੍ਰाइंड ਹੋ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਲਓ ਜੀ ਆਪਣਾ ਮਸਾਲਾ ਜਿਹੜਾ ਹੈਗਾ ਗ੍ਰाइंड ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਜਿੰਜਰ ਪਾਊਡਰ ਸੁੱਕਿਆ ਹੋਇਆ ਅਦਰਕ ਜਾਂ ਨਿੰਸਾਂਡ ਪਾਊਡਰ ਪਾ ਦਿੱਤਾ ਹੈ ਤੇ ਹੁਣ ਆਪਾਂ ਸਿਰਫ ਮਿਕਸੀ ਕਰਨੀ ਹੈ ਇਹ ਚੀਜ਼ਾਂ ਕਾਲੀ ਮਿਰਚ ਪਾਊਡਰ ਵੀ ਵਿੱਚ ਪਾ ਦੇਣਾ ਤੇ ਸੌਂਫ ਤੇ ਅਜਵੈਨ ਵਿੱਚ ਪਾ ਕੇ ਤੇ ਥੋੜਾ ਟਾਈਮ ਦੇ ਲਈ ਜਿਹੜਾ ਹੈਗਾ ਮਿਕਸੀ ਚਲਾਉਣੀ ਆ ਸਿਰਫ ਮਿਕਸੀ ਕਰਨਾ ਜ਼ਿਆਦਾ ਹੈ ਇਸ ਨੂੰ ਕਰਨ ਦੀ ਲੋੜ ਨਹੀਂ ਹੈਗੀ ਤੇ ਲਓ ਜੀ ਆਪਣਾ ਜਿਹੜਾ ਹੈਗਾ ਮਸਾਲਾ ਬਣ ਕੇ ਤਿਆਰ ਹੈ ਬਿਲਕੁਲ ਸਾਰੇ ਘਰ ਦੇ ਵਿੱਚ ਇਹਦੀ 스멜 ਜਿਹੜੀ ਆ ਰਹੀ ਆ ਇੰਨੀ ਤੇਜ 스멜 ਇੰਨੀ ਸੋਹਣੀ 스멜 ਕਦੇ ਵੀ ਬਾਜ਼ਾਰ ਚੋਂ ਲਿਆਂਦੇ ਮਸਾਲੇ ਦੇ ਵਿੱਚ ਵੀ ਇਸ ਤਰ੍ਹਾਂ ਦੀ 스멜 ਨਹੀਂ ਆਉਂਦੀ ਤੇ ਕਲਰ ਵੀ ਬਹੁਤ ਸੋਹਣਾ ਆਦਾ ਚਾਹ ਦੇ ਵਿੱਚ ਇਸ ਦਾ ਤੇ ਸਵਾਦ ਤੇ ਟੇਸਟ ਤਾਂ ਹੋਣਾ ਹੀ ਹੋਣਾ ਤੇ ਹੁਣ ਆਪਾਂ ਚਾਹ ਬਣਾਵਾਂਗੇ ਮਸਾਲੇਦਾਰ ਚਾਹ ਵੀ ਤੁਹਾਨੂੰ ਬਣਾਣੀ ਦੱਸਾਂਗੇ 2 ਕੱਪ 2 ਗਲਾਸ ਆਪਾਂ ਪਾਣੀ ਦੇ ਪਾ ਲਈਏ ਛੋਟੇ ਇਹ 2 ਚਮਚੇ ਆਪਾਂ ਜਿਹੜੀਆਂ ਹੈਗੀਆਂ ਪਾਵਾਂਗੇ ਚਾਹ ਪੱਤੀ ਚਾਹ ਪੱਤੀ ਜੇਕਰ ਤੁਹਾਡੀ ਜ਼ਿਆਦਾ ਤੇਜ਼ ਆ ਤੁਸੀਂ ਘੱਟ ਵੱਧ ਕਰ ਸਕਦੇ ਹੋ 3-4 ਚਮਚ ਛੋਟੇ ਚਮਚ ਆਪਾਂ ਚੀਨੀ ਦੇ ਪਾਵਾਂਗੇ ਇਹ ਵੀ ਤੁਹਾਨੂੰ ਦੱਸਣਾ ਕਿ ਕਿਹੜੇ ਸਟੇਜ ਤੇ ਆਪਾਂ ਨੂੰ ਇਹ ਮਸਾਲਾ ਜਿਹੜਾ ਚਾਹ ਦੇ ਵਿੱਚ ਪਾਉਣਾ ਚਾਹੀਦਾ ਤਾਂ ਜੋ ਇਸ ਦਾ ਜਿਹੜਾ ਹੈਗਾ ਅਸਲੀ ਸਵਾਦ ਅਸਲੀ ਟੇਸਟ ਜਿਹੜਾ ਆਪਾਂ ਨੂੰ ਪੀਣ ਲਈ ਮਿਲੇ ਹਾਂਜੀ ਹੁਣ ਇਸ ਦਾ ਜਿਹੜਾ ਹੈਗਾ ਉਬਾਲ ਆ ਚੁੱਕਿਆ ਚਾਹ ਦੇ ਵਿੱਚ ਤੇ 2 ਤੋਂ 3 ਮਿੰਟ ਤੇ ਲਈ ਆਪਾਂ ਇਸ ਨੂੰ ਉਬਾਲ ਜਿਹੜਾ ਹੈਗਾ ਉਹ ਦਵਾਣਾ ਚਾਹ ਨੂੰ ਤੇ ਹੁਣ ਪਾ ਦਾਂਗੇ ਦੁੱਧ ਇੱਕ ਗਲਾਸ ਜਿਹੜਾ ਹੈਗਾ ਡੇਢ ਕ ਗਲਾਸ ਆਪਾਂ ਦੁੱਧ ਦਾ ਪਾ ਲਿਆ ਦੋ ਗਲਾਸ ਪਾਣੀ ਦੇ ਸੀ ਤੇ ਚਾਹ ਨੂੰ ਉਬਾਲ ਆ ਚੁੱਕਿਆ ਤੇ ਇਸ ਸਟੇਜ ਤੇ ਆਪਾਂ ਜਿਹੜਾ ਹੈਗਾ ਚਾਹ ਦਾ ਮਸਾਲਾ ਵਿੱਚ ਪਾਵਾਂਗੇ ਅੱਧਾ ਕ ਜਿਹੜਾ ਹੈਗਾ ਚਮਚਾ ਆਪਾਂ ਚਾਹ ਦਾ ਮਸਾਲਾ ਚਾਹ ਦੇ ਵਿੱਚ ਪਾਵਾਂਗੇ ਤੇ ਬਹੁਤ ਹੀ ਲਜੀਜ਼ ਬਹੁਤ ਹੀ ਟੇਸਟੀ ਜਿਹੜੀ ਹੈਗੀ ਆ ਚਾਹ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਖੁਸ਼ਬੂਦਾਰ ਵੀ ਤੇ ਨਾਲ ਦੀ ਨਾਲ ਜਿਹੜਾ ਹੈਗਾ ਜਿਹੜੀ ਹੈਗੇ ਸਰਦੀਆਂ ਦੇ ਮੌਸਮ ਵਿੱਚ ਆਪਾਂ ਇਸ ਤਰ੍ਹਾਂ ਦੀ ਚਾਹ ਬਣਾ ਕੇ ਪੀ ਸਕਦੇ ਹਾਂ ਜਿਨ੍ਹਾਂ ਨੂੰ ਸਰਦੀ ਜ਼ੁਕਾਮ ਜਿਹੜਾ ਹੈਗਾ ਹੋ ਜਾਂਦਾ ਤੇ ਉਦੋਂ ਵੀ ਆਪਾਂ ਥੋੜਾ ਜਿਹਾ ਮਸਾਲਾ ਜ਼ਿਆਦਾ ਪਾ ਕੇ ਚਾਹ ਬਣਾ ਕੇ ਪੀ ਸਕਦੇ ਹਾਂ ਤੇ ਵੈਸੇ ਵੀ ਸਰਦੀ ਤੋਂ ਬਚਣ ਦੇ ਲਈ ਇਹ ਮਸਾਲਾ ਜਿਹੜਾ ਹੈਗਾ ਚਾਹ ਦੇ ਵਿੱਚ ਪਾਓ ਤਾਂ ਬਿਲਕੁਲ ਵੀ ਆਪਾਂ ਜਿਹੜਾ ਹੈਗਾ ਬਿਮਾਰ ਨਹੀਂ ਹੋਵਾਂਗੇ ਖਾਂਸੀ ਜ਼ੁਕਾਮ ਤੋਂ ਰਾਹਤ ਮਿਲਦੀ ਆਪਾਂ ਨੂੰ ਇਸ ਦੇ ਨਾਲ ਤੇ ਲਓ ਜੀ ਆਪਣੀ ਬਹੁਤ ਹੀ ਸਵਾਦਿਸ਼ਟ ਟੇਸਟੀ ਚਾਹ ਤੇ ਬਹੁਤ ਹੀ ਸੋਹਣੀ ਵੀ ਆ ਖੁਸ਼ਬੂਦਾਰ ਵੀ ਆ ਤੇ ਆਪਣਾ ਇਮਿਊਨਿਟੀ ਬੂਸਟਰ ਵੀ ਆ ਇਹ ਹਾਂਜੀ ਇਮਿਊਨਿਟੀ ਜਿਹੜੀ ਹੈਗੀ ਉਹ ਵੀ ਵਧਾਉਂਦੀ ਆ ਇਹ ਮਸਾਲੇ ਵਧਾਉਂਦੇ ਆ ਤੇ ਲੋ ਜੀ ਬਹੁਤ ਹੀ ਸੋਹਣੀ ਆਪਣੀ ਚਾਹ ਜਿਹੜੀ ਹੈਗੀ ਬਣ ਕੇ ਤਿਆਰ ਆ ਖੁਸ਼ਬੂਦਾਰ ਆ ਸਾਰੇ ਘਰ ਦੇ ਵਿੱਚੋਂ ਜਿਹੜੀ ਹੈਗੀ ਮਹਿਕ ਆ ਰਹੀ ਆ ਇਸ ਇੰਨਾ ਵਧੀਆ ਮਸਾਲਾ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ ਤੇ ਆਪਾਂ ਇਸ ਮਸਾਲੇ ਨੂੰ ਜਿਹੜਾ ਹੈਗਾ ਸਟੋਰ ਕਰਕੇ ਰੱਖ ਸਕਦੇ ਆ 15 ਤੋਂ 20 ਦਿਨ ਦੇ ਲਈ ਖਰਾਬ ਤਾਂ ਬਿਲਕੁਲ ਨਹੀਂ ਹੋਏਗਾ ਪਰ ਹੌਲੀ-ਹੌਲੀ ਇਸ ਦੀ ਜਿਹੜੀ ਹੈਗੀ ਸਮੈਲ ਉਹ ਘਟਦੀ ਜਾਂਦੀ ਆ ਇਸ ਕਰਕੇ ਆਪਾਂ ਜਿਹੜਾ ਹੈਗਾ 15 ਤੋਂ 20 ਦਿਨ ਦੇ ਲਈ ਜਿਹੜਾ ਆਪਾਂ ਯੂਜ਼ ਕਰ ਸਕਦੇ ਹੁਨਾਂ ਕ ਆਪਾਂ ਨੂੰ ਬਣਾ ਕੇ ਟੱਕਣ ਵਾਲੇ ਜਾਰ ਦੇ ਵਿੱਚ ਪਾ ਕੇ ਆਪਾਂ ਇਸ ਨੂੰ ਰੱਖ ਲੈਣਾ ਹਾਂਜੀ ਬਹੁਤ ਹੀ ਸੋਹਣਾ ਵੀ ਆ ਤੇ ਹੁਣ ਤੁਸੀਂ ਜਿਹੜਾ ਹੈਗਾ ਹੋਟਲ ਰੈਸਟੋਰੈਂਟ ਤੇ ਚਾਹ ਜਿਹੜੀ ਪੋਲੋ ਜਾਓਗੇ ਘਰ ਵਿੱਚ ਹੀ ਇਸ ਤਰ੍ਹਾਂ ਦੀ ਚਾਹ ਬਣਾ ਕੇ ਪੀ ਸਕਦੇ ਹੋ ਤੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਤੇ ਆਨਗੋਣ ਨੂੰ ਵੀ ਪਿਆ ਸਕਦੇ ਹੋ ਤੇ ਇਹ 100% ਹੈਗੇ ਉਹ ਤੁਹਾਡੀ ਚਾਹ ਦੇ دیਵਾਨੇ ਹੋ ਜਾਣਗੇ ਇੱਕ ਗੱਲ ਹੋਰ ਜਿਹੜਾ ਆਪਾਂ ਇਹਦੇ ਵਿੱਚ ਸੁੰਡ ਪਾਊਡਰ ਪਾਇਆ ਜੇਕਰ ਸਰਦੀਆਂ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇੰਨਾ ਯੂਜ਼ ਕਰ ਸਕਦੇ ਹੋ ਜੇਕਰ ਗਰਮੀ ਦੇ ਮੌਸਮ ਵਿੱਚ ਬਣਾ ਰਹੇ ਹੋ ਤਾਂ ਇਹ ਜਿੰਜਰ ਪਾਊਡਰ ਜਿਹੜਾ ਹੈਗਾ ਉਹਦੀ ਕੁਆਂਟੀਟੀ ਤੁਸੀਂ ਅੱਧì ਕਰ ਸਕਦੇ ਹੋ ਤੇ ਹਾਂਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਸਿੰਪਲ ਜੀਆਂ ਜੇ ਘਰ ਦੇ ਵਿੱਚ ਮਜੂਰ ਚੀਜ਼ਾਂ ਦੇ ਨਾਲ ਅਸੀਂ ਕੋਈ ਵੀ ਖਾਣਾ ਜਿਹੜਾ ਹੈਗਾ ਤੁਹਾਨੂੰ ਬਣਾਉਣਾ ਦੱਸਦੇ ਆ ਤਾਂ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਫॉर ਵਾਚਿੰਗ